ਤਰਨਤਾਰਨ ਦੇ ਸਰਹੱਦੀ ਪਿੰਡ ਚਾਲ ਵਿਖੇ ਬੀਤੀ ਦੇਰ ਰਾਤ ਪਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਸੱਬਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਥਲ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਾਏ ਅਮਾਨਤ ਖਾਨ ਪੁਲਿਸ ਨੇ ਦੋਸ਼ੀ ਮੇਜਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਤਲਾਸ਼ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪਤਾ ਨਹੀਂ ਮੈਨੂੰ ਰਾਤ ਦੀ ਮਾਰਕਤ ਪੀ ਨੇ ਪਤਾ ਨਹੀਂ ਕੀ ਕੀਤਾ ਸੀ ਅਤੇ ਕੀ ਨਹੀਂ ਕੀਤਾ ਸੀ ਅਤੇ ਦਿਨੇ ਸਾਨੂੰ ਪਤਾ ਲੱਗਾ ਮਾਰਨ ਵਾਲੀ ਕੁੜੀ ਮੇਰੀ ਗੁਰਪ੍ਰੀਤ ਵਿਆਹ 21 ਸਾਲ ਹੋ ਚੱਲੇ ਆ। ਝਗੜਾ ਝੁਗੜਾ ਹੁਣ ਤਾਂ ਕੋਈ ਝਗੜਾ ਝੁਗੜਾ ਨਹੀਂ ਗਾ, ਮਾੜਾ ਮੋਟਾ ਕਲਾ ਗੱਲਾਂ ਹੁੰਦੀਆਂ ਰਹਿੰਦੀਆਂ, ਉਹ ਤਾਂ ਹੁੰਦੀਆਂ ਰਹਿੰਦੀਆਂ ਸੀ ਅਤੇ ਕੋਈ ਚੱਲ ਫੈਸਲਾ ਹੋ ਜਾਂਦਾ ਕੋਈ ਕਹਿੰਦੇ ਠੀਕ ਠਾਕ ਵਧੀਆ ਕਹਿੰਦੀ ਟਾਈਮ ਪਾਸ ਮੇਰਾ ਹੋ ਗਿਆ। ਉਂਝ ਮਾਤਾ ਨਹੀਂ ਸੀ ਵਿਚਾਰੀ ਵੀ ਘਰ ਪਰਾਂ ਆਪਣਾ ਕੰਮ ਕੁੰਮ ਨਹੀਂ ਕਰਦਾ ਅਤੇ ਮੈਂ ਟਾਈਮ ਪਾਸ ਕਰਦੀ ਅਤੇ ਮੈਂ ਆਖਣਾ ਚੱਲ ਕੋਈ ਨਹੀਂ ਪੁੱਤ ਤੇਰੀ ਫਿਰ ਪੈਣੀ ਹੈ, ਤੇਰੇ ਪੁੱਤ ਜਿਉਂ ਆਉਣ ਹੋ ਗਏ ਤੇਰੀ ਫੈਕਟਰੀ ਫਿਰ ਪੈਣੀ ਹੈ, ਇਹੋ ਜਿਹਾ ਹੌਸਲਾ ਦਿੰਦੀ ਰਹਿਣਾ ਅਤੇ ਪਰ ਉਹਨਾਂ ਨੂੰ ਸੌਖਾ ਆ ਜਿਉਂ ਵੀ ਹਿਸਾਬ ਨਾਲ ਵਿਆਹੀ ਆ ਉਹਨੇ ਇੱਕ ਦਿਨ ਨਹੀਂ ਸੌਖ ਦਿੱਤਾ। ਅੱਜ ਥਾਣੇ ਸਰਾਏ ਮਾਨਸਾ ਵਿੱਚ ਪਿੰਡ ਚਾਲ ਵਿੱਚ ਗੁਰਪ੍ਰੀਤ ਸਿੰਘ ਪਤਨੀ ਮੇਜਰ ਸਿੰਘ ਜੋ ਤਲਾਹ ਮਿਲਣ 'ਤੇ ਉੱਥੇ ਜਾਣ 'ਤੇ ਉਹਦੇ ਪਤੀ ਨੇ ਕਤਲ ਕਰ ਦਿੱਤਾ। ਇਹਨਾਂ ਦਾ ਕੋਈ ਅੱਗੇ ਵੀ ਚੱਲਦਾ ਸੀ ਝਗੜਾ ਆ ਵਿੱਚ ਤੂੰ ਮਹਿਮੇ ਹੁੰਦੀ ਰਹਿੰਦੀ ਸੀ, ਉਹ ਰਾਤੀ ਨੇ ਸੱਟ ਲਾ ਕੇ ਇਹਨੂੰ ਕਤਲ ਕਰ ਦਿੱਤਾ। 302 ਦਾ ਪੱਤਰ ਦਰਜ ਹੋ ਗਿਆ, SHO ਸਾਹਿਬ ਤਫਤੀਸ਼ ਕਰ ਰਹੇ ਹਾਂ। ਦੋਸ਼ੀ ਅਜੇ ਫਰਾਰ ਆ, ਇੱਕ ਦੋਸ਼ੀ ਆ ਜਾਂ ਪਤੀ ਉਹਦਾ, ਲਾਸ਼ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਜੀ।